ਵਿਅਕਤੀਗਤ ਇਨਸਾਨ ਤੋਂ ਜਾਂ ਕਿਸੇ ਜਥੇਬੰਦੀ ਤੋਂ ਉਹਦੀ ਮਾਫ਼ੀ ਮੰਗਣੀ ਚੰਗੀ ਗੱਲ ਹੈ, ਕਿਉਂਕਿ ਅਸੀਂ ਗੁਰਸਿੱਖ ਹਾਂ। ਗੁਰਸਿੱਖ ਤਾਂ ਦੇਖੋ ਵੈਸੇ ਨੇਤਾ ਪ੍ਰਤੀ ਆਪਣੀ ਅਰਦਾਸ ਦੇ ਵਿੱਚ ਭੁੱਲਾਂ ਦੀ ਖਿਮਾ ਯਾਚਨਾ ਕਰ ਲੈਂਦਾ, ਪਰ ਜੇ ਕੋਈ ਮਹਿਸੂਸ ਹੁੰਦਾ ਹੈ ਵੀ ਗਲਤੀਆਂ ਹੋਈਆਂ ਨੇ, ਅਸੀਂ ਸਾਤੋਂ ਗਲਤੀਆਂ ਕੋਈ ਜਾਣਿਆ ਜਾਣੇ ਹੋ ਗਈਆਂ, ਕਿਉਂਕਿ ਕਾਫ਼ੀ ਲੰਬਾ ਸਮਾਂ ਰਾਜ ਭਾਗ ਭੋਗਿਆ, ਅਤੇ ਉਹਦੇ ਵਿੱਚ ਕੋਈ ਗਲਤੀ ਹੋਈ ਹੈ, ਉਹਦੀ ਖਿਮਾ ਯਾਚਨਾ ਕਰਨੀ ਤਾਂ ਬਾਹਰ ਆਉਂਦੀਆਂ ਨੇ। ਦੇਖੋ ਮੇਰੇ ਕੋਲ ਤਾਂ ਕੋਈ ਹੁਣ ਆਉਂਦਾ ਨਹੀਂ, ਨਾ ਮੈਂ ਕੋਈ ਅਹੁਦੇਦਾਰ ਹਾਂ ਅਤੇ ਨਾ ਮੈਂ ਇਹਦੇ ਬਾਰੇ ਕੋਈ ਕਮੈਂਟਸ ਕਰ ਸਕਦਾ, ਕਿਉਂਕਿ ਇਹ ਤਾਂ ਉਹ ਜਾਣ ਦੇ ਉਹ ਜਾਣ ਸੇਵਾ ਦੇ ਦੌਰਾਨ ਹੀ ਸਾਰੀਆਂ ਗਲਤੀਆਂ ਹੋਈਆਂ। ਫਿਰ ਜੇ ਮੇਰੇ ਤੁਸੀਂ ਉਹਨਾਂ ਦੇ ਨਾਲ ਮਾਫ਼ੀ ਮੰਗਣ ਨਹੀਂ ਆਏ, ਮੇਰੇ ਸੇਵਾ ਕਾਲ ਦੌਰਾਨ ਕਿਹੜੀ ਗਲਤੀਆਂ ਆਈਆਂ, ਉਹ ਮੈਂ ਸਾਰਾ ਕੁਝ ਦੱਸਦਾ ਰਿਹਾ ਨਾਲ ਦੀ ਨਾਲ। ਮੀਡੀਆ ਨੂੰ ਦੱਸਣਾ ਕੋਈ ਜ਼ਰੂਰੀ ਥੋੜ੍ਹਾ ਹੁੰਦਾ, ਮੈਂ ਤਾਂ ਜਿੱਥੇ ਕਨਵੇ ਕਰਨਾ ਉੱਥੇ ਕੀਤਾ। ਨਾਲ ਮੈਂ ਤਾਂ ਦੇਖੋ ਗੁਰੂ ਦਾ ਸਿੱਖ ਹਾਂ, ਮੈਂ ਤਾਂ ਹਰ ਵਕਤ ਮਾਫ਼ੀ ਮੰਗਦਾ ਰਹਿੰਦਾ, ਮੈਂ ਕੋਈ ਗੁਰੂ ਤੋਂ ਨਾਬਰ ਥੋੜ੍ਹੋ ਹਾਂ, ਗੁਰੂ ਤੋਂ ਆਪਣੀ ਖਿਮਾ ਯਾਚਨਾ ਕਰਨ ਤੋਂ ਨਾਬਰ ਥੋੜ੍ਹੋ ਹਾਂ। ਫਿਰ ਮੈਂ ਦੇਖੋ ਤਾਂ ਮੈਂ ਦੱਸਿਆ ਵੀ ਮੇਰੀ ਸਿਹਤ ਨਹੀਂ ਠੀਕ ਹੈ, ਔਰ ਮੈਂ ਓਪਰੇਸ਼ਨ ਕਰਾਉਣਾ, ਮੇਰਾ ਮੇਜਰ ਓਪਰੇਸ਼ਨ ਹੋਣਾ ਸਪਾਈਨ ਦਾ, ਅਤੇ ਮੈਂ ਅੱਜ ਆਇਆ ਇਸੇ ਵਾਸਤੇ ਵੀ ਅੱਜ ਆਖਰੀ ਦਿਨ ਬਈ, ਨਾਲ ਅਰਦਾਸ ਬੇਨਤੀ ਕਰ ਲੂੰਗਾ ਆਪਣੀ ਦੇਹ ਰੋਗਤਾ ਲਈ, ਤੰਦਰੁਸਤੀ ਲਈ, ਸਿਹਤ ਜਾਵੀ ਲਈ, ਨਾਲ ਮੈਂ ਅਰਦਾਸ ਅਕਾਲ ਤਖ਼ਤ ਸਾਹਿਬ 'ਤੇ ਵੀ ਪੇਸ਼ ਹੋਇਆ, ਮੈਂ ਕਿਹਾ ਮੈਂ ਵੀ ਦੇਖ ਚੜਾ ਕੇ ਮਾਫ਼ੀ ਮੰਗਣ ਦੀ ਅਰਦਾਸ ਕੀਤੀ ਹੈ। ਦੇਖੋ ਮੈਂ ਸਮਝਦਾ ਵੀ ਜਿਹੜਾ ਜੋ ਕੁਛ ਵੀ ਹੋਇਆ, ਮੈਂ ਤਾਂ ਕੱਲ੍ਹ ਹੀ ਕਮੈਂਟਸ ਦੇ ਦਿੱਤੇ ਸੀ ਕਿ ਪਹਿਲਾਂ ਕਮੈਂਟਸ ਦੇਣੇ ਜਿਹੜੇ ਨੇ ਪ੍ਰੀਮਚੋਰ ਨੇ, ਲੇਕਿਨ ਜੇਕਰ ਇਸ ਤਰੀਕੇ ਨਾਲ ਉਹਦੀ ਸਮਾਪਤੀ ਬਾਰੇ ਚਰਚਾ ਹੋ ਰਹੀ ਹੈ ਤਾਂ ਕਿਤੇ ਨਾ ਕਿਤੇ ਉਹਦੇ ਵਿੱਚ ਰਾਜਨੀਤੀ ਜ਼ਰੂਰ ਨਜ਼ਰ ਆਉਂਦੀ ਹੈ, ਕਿਉਂਕਿ ਵਿਸ਼ਾ ਬਹੁਤ ਤਕੜਾ ਸੀਗਾ, ਕਿਉਂਕਿ ਗੁਰੂ ਗ੍ਰੰਥ ਸਾਹਿਬ ਦੇ ਨਿਰਾਦਰ ਦਾ ਮਸਲਾ ਸੀਗਾ। ਬਾਕੀ ਉਹ ਠੀਕ ਨੇ, ਉਹਨਾਂ ਨੇ ਫੈਸਲਾ ਕੀਤਾ, ਉਹ ਆਪ ਜਵਾਬਦੇਹ ਹੋਣਗੇ।